ਪਟਵਾਰੀ ਦੇ ਘਰੋਂ ਮਿਲੇ ਕਰੋੜਾਂ ਦੀ ਜਾਇਦਾਦ ਦੇ ਕਾਗਜ਼ ਪਟਵਾਰੀ ਹੁੰਦੇ ਵੀ ਬਣਿਆ ਹੋਇਆ ਏ ਨੰਬਰਦਾਰ ਇਸ ਪਟਵਾਰੀ ਨੂੰ ਲੈ ਕੇ ਹੀ ਪਟਵਾਰੀਆਂ ਨੇ ਕੀਤੀ ਐ ਹੜਤਾਲ ਸਾਥੀਂਕਾਲ ਤੁਸੀਂ ਜੁੜੇ ਹੋਏ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਪਰਮੇਸ਼ ਸਿੰਘ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾ ਸਿੰਘ ਦੇ ਉੱਪਰ ਦਰਜ ਕੇਸਾਂ ਨੂੰ ਵਾਪਸ ਕਰਵਾਉਣ ਦੇ ਲਈ ਪੂਰੇ ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਗੋ ਕੰਮ ਕਾਜ ਨੂੰ ਛੱਡ ਕੇ 15 ਮਈ ਤੱਕ ਸਮੂਹਿਕ ਛੁੱਟੀ ਦੇ ਉੱਪਰ ਗਏ ਹੋ ਜਿਸ ਦੇ ਕਾਰਨ ਪੂਰੇ ਪੰਜਾਬ ਦੇ ਮਾਲ ਵਿਭਾਗ ਦਾ ਕੰਮ ਠਾਪਿਆ ਹੈ ਇਸ ਪਟਵਾਰੀ ਨੂੰ ਰਿਹਾ ਕਰਵਾਉਣ ਦੇ ਲਈ ਪੰਜਾਬ ਭਰ ਦੇ ਪੂਰੇ ਪਟਵਾਰੀਆਂ ਦੇ ਵੱਲੋਂ ਇਹ ਹੜਤਾਲ ਕੀਤੀ ਗਈ ਹੈ ਪ੍ਰੈਸ ਪਟਵਾਰੀ ਦੇ ਘਰ ਜਦੋਂ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੇ ਇਸ ਪਟਵਾਰੀ ਦੇ ਘਰੋਂ ਕਰੋੜਾਂ ਰੁਪਏ ਦੀ ਜ਼ਮੀਨ ਦੇ ਕਾਗਜ਼ ਤੇ ਬੈਂਕ ਖਾਤਿਆਂ ਦੇ ਵਿੱਚੋਂ ਲੱਖਾਂ ਰੁਪਏ ਮਿਲਦੇ ਨੇ ਦੱਸ ਦਿੰਦੇ ਆ ਕਿ ਇਸ ਪਟਵਾਰੀ ਦੇ ਘਰ ਜਦੋਂ ਤਲਾਸ਼ੀ ਹੁੰਦੀ ਹੈ ਤਾਂ ਤਲਾਸ਼ੀ ਦੇ ਵਿੱਚ ਵੱਖ-ਵੱਖ ਨਾਵਾਂ ਤੇ 33 ਰਜਿਸਟਰੀਆਂ ਮਿਲੀਆਂ ਹਨ ਜਿੰਨਾ ਰਾਇ ਖਰੀਦ ਕੀਤੀ ਜਾਇਦਾਦ ਤੇ ਕਰੀਬ 1 ਕਰੋੜ 70 ਲੱਖ ਰੁਪਏ ਖਰਚ ਕੀਤੇ ਗਏ ਹਨ ਇਸ ਤੋਂ ਇਲਾਵਾ ਬੈਂਕ ਵਿੱਚਲੇ ਵੱਖ-ਵੱਖ ਖਾਤਿਆਂ ਵਿੱਚ ਵੀ ਕਰੀਬ 25 ਲੱਖ ਰੁਪਏ ਜਮ੍ਹਾਂ ਹਨ ਮਲੇਰ ਕੋਟਲਾ ਸਥਿਤ ਇੱਕ ਨਿੱਜੀ ਬੈਂਕ ਦੇ ਲਾਕਰ ਦੀ ਤਲਾਸ਼ੀ ਲਈ ਜਾਣੀ ਸੀ ਪਰ ਮੁਲਜ਼ਮ ਦੇ ਵੱਲੋਂ ਲਾਕਰ ਦੀ ਚਾਬੀ ਮਹਈਆ ਨਹੀਂ ਕਰਵਾਈ ਗਈ ਨਾਲ ਦੀ ਨਾਲ ਤਵਦੀਸ਼ ਦੌਰਾਨ ਇਹ ਵੀ ਪਤਾ ਲੱਗਿਆ ਕਿ ਪਟਵਾਰੀ ਦੀਦਾਰ ਸਿੰਘ ਪਿੰਡ ਸ਼ੋਕਰਾ ਦਾ ਮੌਜੂਦਾ ਨੰਬਰਦਾਰ ਵੀ ਹੈ ਕਾਨੂੰਨ ਦੇ ਮਤਾਬਕ ਪਟਵਾਰੀ ਨੰਬਰਦਾਰ ਦੇ ਵੱਜੋਂ ਸੇਵਾ ਨਹੀਂ ਨਿਭਾ ਸਕਦਾ ਪਰ ਉਹਨਾਂ ਦੇ ਵੱਲੋਂ ਨੰਬਰਦਾਰ ਹੁੰਦੇ ਹੋਏ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ 2 ਲੱਖ ਰੁਪਏ ਦਾ ਚੂਨਾ ਲਗਾਇਆ ਗਿਆ ਹੈ ਦੱਸ ਦਿੱਨੇ ਕਿ ਉਹਨਾਂ ਦੇ ਵੱਲੋਂ ਪੂਰਾ ਇਹ ਪੱਤਾ ਅਸਰ ਕੀਤਾ ਗਿਆ ਹੈ ਪੰਜਾਬ ਦੇ ਖਿਆਨੇ ਵਿੱਚੋਂ 2 ਲੱਖ ਤੇ 1000 ਰੁਪਏ ਦਾ ਇੱਕ ਪਾਸੇ ਤਾਂ ਪੂਰੇ ਪੰਜਾਬ ਭਰ ਦੇ ਪਟਵਾਰੀਆਂ ਦੇ ਵੱਲੋਂ ਦیدار ਸਿੰਘ ਨੂੰ ਛਡਵਾਉਣ ਦੇ ਲਈ ਧਰਨਾ ਲਗਾਇਆ ਗਿਆ ਕੰਮਕਾਜ ਠੱਪ ਕੀਤਾ ਗਿਆ ਬਸ ਤੇ ਘਰੋਂ ਹੀ ਵਿਜੀਲੈਂਸ ਨੂੰ ਕਰੋੜਾਂ ਰੁਪਏ ਦੇ ਜ਼ਮੀਨ ਦੇ ਕਾਗਜ਼ ਮਿਲਦੇ ਨੇ ਤੇ ਬੈਂਕ ਖਾਤਿਆਂ ਦੇ ਵਿੱਚੋਂ ਲੱਖਾਂ ਰੁਪਏ ਮਿਲਦੇ ਨੇ ਤਾਂ ਇਸ ਤੋਂ ਬਾਅਦ ਯੂਨੀਅਨ ਦੇ ਉੱਪਰ ਵੀ ਸਵਾਲ ਖੜੇ ਹੁੰਦੇ ਨੇ ਕਿ ਇੱਕ ਭ੍ਰਿਸ਼ਟਾਚਾਰ ਦੇ ਵਿੱਚ ਲੀਨ ਪਟਵਾਰੀ ਨੂੰ ਛਡਾਉਣ ਦੇ ਲਈ ਯੂਨੀਅਨ ਦੇ ਵੱਲੋਂ ਧਰਨਾ ਲਗਾਇਆ ਗਿਆ ਕੰਮਕਾਜ ਠੱਪ ਕੀਤਾ ਰੋਇਆ ਹੈ ਪਰਸਾਬ ਨੂੰ ਲੈ ਕੇ ਹਜੇ ਪੂਰੀ ਜਾਂਚ ਸਾਹਮਣੇ ਆਉਣੀ ਬਾਕੀ ਹੈ ਪੰਜਾਬੀ ਟ੍ਰਿਬਿਊਨ ਚ ਲੱਗੀ ਇਸ ਖਬਰ ਦੇ ਵਿੱਚ ਇਹ ਖਲਾਸਾ ਹੈ ਜਿਸ ਦੇ ਮੁਤਾਬਕ ਤੁਹਾਨੂੰ ਦੱਸਿਆਇਆ ਸੀ ਅਜਿਹੀਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ